ਤੇ ਹਾਂਜੀ ਹਲੋ ਜੀ ਅੱਜ ਪਹੁੰਚੇ ਆ ਜੀ ਆਪਾਂ ਸ਼ਰਮਾ ਸਵੀਟਸ ਸ਼ੋਪ ਦੇ ਉੱਤੇ ਤੇ ਇੱਥੇ ਨਾ ਇੱਕ ਇਹ ਹੈਗਾ ਰੋਡ ਚੰਡੀਗੜ੍ਹ ਵਾਲਾ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਤੇ ਬਾਕੀ ਐਡਰੈਸ ਤੁਹਾਨੂੰ ਪੂਰਾ ਦੱਸਦੇ ਹਾਂ ਤੇ ਇਸ ਸ਼ੋਪ ਦੀ ਨਾ ਇੱਕ ਖਾਸ ਗੱਲ ਕੀ ਆ ਇੱਥੇ ਤੇ ਨਾ ਪਕੌੜੇ ਬੜੇ ਫੇਮਸ ਆ ਤੇ ਆਹ ਬੰਦਾ ਕਾਰੀਗਰ ਹੈ ਇੱਥੇ ਦਾ ਤੇ ਆਹ ਪਕੌੜੇ ਆ ਬਈ ਇਹਦਾ ਸਾਨੂੰ ਜ਼ਿਆਦਾਤਰ ਬ੍ਰੈਡ ਪਕੌੜਾ ਸਵਾਦ ਲੱਗਦਾ ਤੇ ਬਾਕੀ ਸਾਰਾ ਇਹਨਾਂ ਦੇ ਪਕੌੜੇ ਫਰੈਸ਼ ਹੁੰਦੇ ਆ ਪਨੀਰ ਪਕੌੜੇ ਬਹੁਤ ਵਧੀਆ ਹੁੰਦੇ ਬਾਈ ਹੁਣਾਂ ਦੇ ਅੱਜ ਮੈਂ ਸੋਚਿਆ ਯਾਰ ਅੱਜ ਬਾਈ ਹੁਣਾਂ ਦੀ ਵੀਡੀਓ ਬਣਾ ਕੇ ਲੈ ਜਾਣੀ ਬਾਈ ਕੀ ਹਾਲ ਚਾਲ ਆ ਠੀਕ ਠਾਕ ਕੀ ਨਾਂ ਤੁਹਾਡਾ ਬਈ ਕਦੋਂ ਦੇ ਬਣਾ ਰਹੇ ਹੋ ਪਕੌੜੇ ਤੁਸੀਂ ਇੱਥੇ ਕਿੰਨੀ ਕੁ ਪੁਰਾਣੀ ਫੇਵੀ ਦੁਕਾਨ ਹੈਗੀ ਇਹ 20 ਸਾਲ ਪੁਰਾਣੀ ਤੇ ਇੱਥੇ ਇਕੱਲੇ ਬ੍ਰੈਡ ਪਕੌੜੇ ਜ਼ਿਆਦਾ ਫੇਮਸ ਕਿਉਂ ਆ ਇੱਥੇ ਦੇ ਅੱਛਾ ਵੈਸੇ ਪਕੌੜੇ ਤੁਹਾਡੇ ਸਾਰੇ ਹੀ ਹੁੰਦੇ ਆ ਪਰ ਜ਼ਿਆਦਾ ਲੋਕ ਤੁਹਾਡੇ ਕੋਲ ਬ੍ਰੈਡ ਡਿਮਾਂਡ ਕਰਦੇ ਆ ਨਾ ਕਿਆ ਬਾਤ ਹੈ ਤੇ ਦੇਖ ਸਕਦੇ ਹੋ ਤੁਸੀਂ ਆਇਆ ਜੀ ਬ੍ਰੈਡ ਪਕੌੜਾ ਇਹਦੇ ਹੁਣ 4 ਪੀਸ ਕਰ ਰਹੇ ਭਾਈ ਇਹਨੂੰ ਇੱਕ ਪਿਆਰ ਕਰ ਦਿਓ ਪਲੇਟ ਦੇ ਵਿੱਚ ਤੇ ਇਹਨਾਂ ਦੀ ਇੱਕ ਚੰਨੀ ਬਹੁਤ ਵਧੀਆ ਬਣਾਉਂਦੇ ਆ ਇਹ ਤੇ ਆਹ ਹੋ ਗਿਆ ਜੀ 4 ਪੀਸ ਕਿਆ ਬਾਤ ਹੈ ਤੇ ਇਹ ਜਗ੍ਹਾ ਕਿਹੜੀ ਹੈ ਇਹ ਐਡਰੈਸ ਐਡਰੈਸ ਦੱਸੋ ਕਿਹੜੀ ਹੈ ਵੀ ਨੀਲੋ ਪੁਲ ਕ੍ਰੋਸ ਕਰਕੇ ਚੰਡੀਗੜ੍ਹ ਰੋਡ ਦੇ ਉੱਤੇ ਇਹ ਸ਼ੋਪ ਆ ਸ਼ਰਮਾ ਸਵੀਟਸ ਕਿਆ ਬਾਤ ਹੈ ਦੱਸੋ ਆਹ ਹੋ ਗਿਆ ਜੀ ਸਾਡਾ ਬ੍ਰੈਡ ਰੈਡੀ ਤੇ ਦੂਜੀ ਗੱਲ ਇਹ ਆ ਵੀ ਤੁਸੀਂ ਜਦੋਂ ਵੀ ਚੰਡੀਗੜ੍ਹ ਨੂੰ ਆਉਣਾ ਨਾ ਤੇ ਇੱਥੇ ਚਾਹ ਪੀ ਕੇ ਜਾਓ ਤੇ ਇੱਥੇ ਬ੍ਰੈਡ ਪਕੌੜੇ ਖਾ ਕੇ ਜਾਓ ਤੇ ਕਿਆ ਵੀ ਇੱਥੇ ਤਾਂ ਨਾ ਮਤਲਬ ਇੱਕ ਲਾਈਫ ਬਣ ਜਾਂਦੀ ਆ ਮਤਲਬ ਤੁਹਾਨੂੰ ਦਿਹਾੜੀ 'ਚ ਲੋੜ ਨਹੀਂ ਪੈਂਦੀ ਵੀ ਕਿਸੇ ਕੁਛ ਹੋਰ ਖਾਣਾ ਹੋਵੇ ਜਾ ਕੇ ਇਸ ਕਰਕੇ ਅਸੀਂ ਜਦੋਂ ਵੀ ਆਉਂਦੇ ਇੱਥੇ ਬਾਈ ਹੁਣਾਂ ਦੇ ਪਕੌੜੇ ਜ਼ਰੂਰ ਖਾ ਕੇ ਜਾਈਦੇ ਆ ਤੇ ਸੋ ਹੁਣ ਆਪਾਂ ਕਰਦੇ ਹਾਂ ਟੇਸਟ ਤੁਹਾਨੂੰ ਟੇਸਟ ਅਸੀਂ ਪਹਿਲਾਂ ਵੀ ਕੀਤੇ ਹੋਏ ਪਰ ਤੁਹਾਨੂੰ ਦੱਸੀਏ ਵੀ ਕਿਵੇਂ ਆ ਤੇ ਇੱਧਰ ਸਾਡੇ ਉਸਤਾਦ ਜੀ ਲੱਗੇ ਹੋਏ ਆ ਜੇ ਫੋਨ 'ਤੇ ਬਾਈ ਕੀ ਹਾਲ ਚਾਲ ਆ ਤੇ ਸੋ ਆਹ ਆਪਣੇ ਆ ਗਿਆ ਪਕੌੜੇ ਹੁਣ ਆਪਾਂ ਆਪਣਾ ਸੌਖਾ ਹੀ ਕੰਮ ਹੈ ਉਹ ਆ ਦੇਖੋ ਜੀ ਹਾਂ ਚਾਹ ਕੱਪ ਕਿਆ ਸਿਰਫ ਆਲੂ ਸਿੰਪਲ ਬ੍ਰੈਡ ਪਕੌੜਾ ਆ ਕੋਈ ਇਹ ਨਹੀਂ ਹੈਗਾ ਅਤੇ ਦੂਜੀ ਗੱਲ ਇਹਦੇ ਵਿੱਚ ਤੇਲ ਬਿਲਕੁਲ ਨਹੀਂ ਹੈਗਾ ਕੋਈ ਤੇਲ ਨਹੀਂ ਇਹਦੇ ਵਿੱਚ ਅਤੇ ਸਭ ਤੋਂ ਵੱਡਾ ਜਿਹੜਾ ਕਮਾਲ ਆ ਆ ਹੈਗਾ ਇਸ ਚਟਨੀ ਦਾ ਕਮਾਲ ਇਸ ਚਟਨੀ ਦਾ ਕਮਾਲ ਆ ਟੋਟਲੀ ਅਤੇ ਬਹੁਤ ਫਲੇਵਰਫੁੱਲ ਚਟਨੀ ਇਹਨਾਂ ਦੀ ਬਹੁਤ ਟੇਸਟੀ ਆ ਸੋ ਅਤੇ ਸੋ ਜੀ ਲਓ ਆਪਣਾ ਪਕੌੜਾ ਹੋ ਗਿਆ ਰੈਡੀ ਅਤੇ ਹੁਣ ਆਪਾਂ ਡਿਸ਼ ਕਰਦੇ ਹਾਂ ਬਾਈ ਇੱਕ ਕੱਪ ਚਾਹ ਦਾ ਚਾਹ ਕੱਪ ਇੱਕ ਲੈਣੇ ਬਾਈ ਬਹੁਤ ਟੇਸਟੀ ਪਕੌੜੇ ਆ ਜਦੋਂ ਵੀ ਤੁਸੀਂ ਖਾਣੇ ਆ ਨੀਲੋਪੁਰ ਤੇ ਆਓ ਤੇ ਇੱਥੇ ਬਾਈ ਹੁਣ ਦੇ ਪਕੌੜੇ ਜ਼ਰੂਰ ਟੇਸਟ ਕਰਕੇ ਜਾਓ ਕਮਾਲ ਦਾ ਫੇਵਰ ਆ ਬਹੁਤ ਵਧੀਆ ਅਤੇ ਲਓ ਜੀ ਅੱਜ ਹੋ ਗਿਆ ਸਾਡਾ ਧੱਕਾ ਅਤੇ ਪੇਮੈਂਟ ਦੇ ਦਿੱਤੀ ਬਾਈ ਨੇ ਬਾਈ ਗਲਤ ਕੰਮ ਕੀਤਾ ਨਹੀਂ ਅਤੇ ਇਹ ਹੈ ਜੀ ਦੁਕਾਨ ਇਹਨਾਂ ਦੀ ਛੋਟੀ ਜਿਹੀ ਦੁਕਾਨ ਹੈ ਛੋਟੀ ਦੁਕਾਨ ਨਹੀਂ ਬਹੁਤ ਵੱਡੀ ਦੁਕਾਨ ਆ ਹਾਂ ਅਤੇ ਸੋ ਤੁਸੀਂ ਜਦੋਂ ਵੀ ਆਉਣਾ ਤਾਂ ਬਾਈ ਇੱਥੇ ਸ਼ਰਮਾ ਸਵੀਟ ਸ਼ੋਪ 'ਤੇ ਆਓ ਚਾਹ ਪੀ ਕੇ ਜਾਓ ਬ੍ਰੈਡ ਪਕੌੜੇ ਖਾ ਕੇ ਜਾਓ ਅਤੇ ਸੋ ਅਸੀਂ ਹੁਣ ਬ੍ਰੈਡ ਪਕੌੜੇ ਕਿੰਨੇ ਕੁ ਬਾਈ ਕਿੱਦਾਂ ਤੁਹਾਨੂੰ ਲੱਗਦਾ ਮੈਂ ਕਹਿੰਦਾ ਸਿਰਾ ਬਾਈ ਸਪੈਸ਼ਲ ਲੁਧਿਆਣੇ ਤੋਂ ਖਾਣਾ ਹੀ ਰਿਹਾ ਆਪਾਂ ਹਾਂ ਆਪਾਂ ਜਿਹੜੀ ਨਿਕਲਦੇ ਆਪਾਂ ਖਾ ਕੇ ਜਾਂਦੇ ਨਾ ਬਿਲਕੁਲ ਬਾਈ ਅਤੇ ਲੱਗੇ ਮੀਂਹ ਪੈ ਰਿਹਾ ਸੀ ਆਪਾਂ ਹਾਂ ਅਤੇ ਸੋ ਬਾਈ ਹੁਣ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜੇ ਵਧੀਆ ਪਕੌੜੇ ਖਾਣੇ ਤੇ ਇੱਥੇ ਜ਼ਰੂਰ ਆ ਜਿਓ ਉਹ ਬਾਈ ਮਿਲੂਗਾ ਤੁਹਾਨੂੰ ਬ੍ਰੈਡ ਪਕੌੜੇ ਬਣਾਉਂਦਾ ਹੋਇਆ ਬਾਈ ਹੱਥ ਖੜਾ ਕਰੀ ਉਹ ਦੇਖ ਠੀਕ ਆ ਸੋ ਥੈਂਕ ਯੂ ਸੋ ਮਚ